ਸਤਿ ਸ਼੍ਰੀ ਅਕਾਲ ਪੰਜਾਬ ਸਿੰਘ ਦੇ ਚੈਨਲ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਅਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਨਾਲ ਦੀ ਨਾਲ ਪੰਜਾਬੀ ਦਾ ਜਿਹੜਾ ਇਮਤਿਹਾਨ ਆ ਰਿਹਾ ਨੇੜੇ ਜੀ ਜੂਨ ਦੇ ਵਿੱਚ ਉਹਦੀ ਤਿਆਰੀ ਕਰਨ ਦੀ। ਅਤੇ ਜਿਹੜਾ ਅੱਜ ਅਸੀਂ ਲੈ ਕੇ ਆਏ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਭਾਗ ਪਹਿਲਾ, ਅਤੇ ਪਹਿਲਾਂ ਜਿਹੜਾ ਯੂਨਾਨੀ ਕਾਵਿ ਸ਼ਾਸਤਰ ਬਾਰੇ ਵੀਡੀਓ ਪਾ ਚੁੱਕੇ ਹਾਂ ਜੀ ਆਪਾਂ। ਨਾਲ ਦੀ ਨਾਲ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਿਲੇਬਸ ਨਾਲ ਸੰਬੰਧਿਤ ਵੱਧ ਤੋਂ ਵੱਧ ਵੀਡੀਓ ਲੈ ਕੇ ਆ ਸਕੀਏ। ਅਤੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਜੀ। ਜਿਹੜਾ ਹਾਂਜੀ ਰਸ ਸੰਪਰਦਾਇ ਆ, ਅਤੇ ਰਸ ਸੰਪਰਦਾਇ ਦਾ ਜਿਹੜਾ ਆਰੰਭ ਹੈ ਜੀ ਉਹ ਭਰਤ ਮੁਨੀ ਦੁਆਰਾ ਕੀਤਾ ਗਿਆ। ਇੱਕ ਤਾਂ ਨਾਮ ਇਹ ਯਾਦ ਰੱਖਿਓ ਇਮਤਿਹਾਨ ਦੇ ਪੱਖ ਤੋਂ ਬਹੁਤ ਜ਼ਰੂਰੀ ਆ ਜੀ, ਅਤੇ ਰਸ ਸੰਪਰਦਾਇ ਦਾ ਆਰੰਭ ਭਰਤ ਮੁਨੀ ਨੇ ਕੀਤਾ। ਅਤੇ ਜਿਹੜਾ ਇਹਦਾ ਜ਼ਿਕਰ ਆ ਉਹ ਭਰਤ ਮੁਨੀ ਦੁਆਰਾ ਜਿਹੜਾ ਲਿਖਿਆ ਗਿਆ ਨਾਟਿਆ ਸ਼ਾਸਤਰ, ਉਹਦੇ ਵਿੱਚ ਇਹਦਾ ਵੇਰਵਾ ਪਾਇਆ। ਨਾਟਿਆ ਸ਼ਾਸਤਰ ਨੂੰ ਯਾਦ ਰੱਖਣਾ, ਭਰਤ ਮੁਨੀ ਨੂੰ ਯਾਦ ਰੱਖਣਾ ਰਸ ਸੰਪਰਦਾਇ ਬਾਰੇ, ਇਹ ਦੋਨੇ ਗੱਲਾਂ ਦਿਮਾਗ ਦੇ ਵਿੱਚ ਯਾਦ ਰੱਖਣੀਆਂ ਨੇ। ਅਗਲੀ ਗੱਲ ਜਿਹੜੀ ਯਾਦ ਰੱਖਣ ਵਾਲੀ ਹੈ ਜੀ, ਅਤੇ ਜਿਹੜੀ ਇਮਤਿਹਾਨ ਦੇ ਵਿੱਚ ਪੱਖ ਤੋਂ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਰੱਖਣਾ ਅਤੇ ਯਾਦ ਵੀ ਰੱਖਣਾ, ਭਰਤ ਮੁਨੀ ਦਾ ਜਿਹੜਾ ਨਾਟਿਆ ਸ਼ਾਸਤਰ ਦੇ ਵਿੱਚ ਲਿਖੀ ਹੋਈ ਉੱਤੋਂ ਕਾ ਰਸ ਬਾਰੇ, ਰਸ ਰਸ਼ੀਅਤੇ ਅਸਵਾਦਤੇ ਇਤਿ ਰਸਹ, ਇਹ ਸ਼ਬਦ ਨੇ ਜਿਹੜੇ ਤੁਸੀਂ ਇਹਨੂੰ ਯਾਦ ਰੱਖਣਾ ਗਾ। ਚਾਰ ਸ਼ਬਦ ਨੇ, ਸਕਰੀਨ ਦੇ ਉੱਪਰ ਸਾਹਮਣੇ ਦੇਖ ਵੀ ਸਕਦੇ ਹੋ, ਅਤੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣ ਦਾ ਅਰਥ ਕੀ ਹੈ ਉਹ ਆਪਾਂ ਦੱਸਦੇ ਹਾਂ। ਭਰਤਮੁਨੀ ਦੇ ਕਹਿਣ ਦੇ ਮੁਤਾਬਕ ਜੋ ਰਸ ਆਨੰਦ ਜਾਂ ਮਜ਼ਾ ਦੇਵੇ ਉਹ ਵਸਤੂ ਰਸ ਹੈ, ਉਹ ਵਸਤੂ ਰਸ ਹੈ। ਇਹ ਗੱਲ ਵੀ ਧਿਆਨ ਦੇ ਵਿੱਚ ਰੱਖਣੀ ਹੈ, ਪਰ ਇਸ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜੀ ਉਹ ਤੁਸੀਂ ਇਹ ਜਿਹੜੀ ਦਿੱਤੀ ਹੋਈ ਆ ਉਹਨਾਂ ਦੀ ਲਿਖਿਆ ਹੋਇਆ ਭਰਤਮੁਨੀ ਦੁਆਰਾ, ਆ ਚਾਰ ਸ਼ਬਦ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ, ਇਮਤਿਹਾਨ ਦੇ ਪੱਖ ਤੋਂ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ। ਅਗਲੀ ਗੱਲ, ਜਿਹੜੀ ਮਨ ਦੇ ਵਿੱਚ ਉਤਪੰਨ ਹੋਣ ਵਾਲੀ ਇਕਾਗਰਤਾ ਜਾਂ ਸੋਚਣੀ ਆ, ਜਿਹੜੀ ਮਨ ਦੇ ਵਿੱਚੋਂ ਸੋਚ ਨਿਕਲਦੀ ਆ ਜਾਂ ਧਿਆਨ ਦੇ ਨਾਲ ਜਿਹੜਾ ਕਾਵਿ, ਧਿਆਨ ਕਾਵਿ ਕਹਿ ਸਕਦੇ ਹਾਂ ਅਸੀਂ ਇਹਨੂੰ, ਇਕਾਗਰਤਾ ਜਾਂ ਸੋਚਣੀ ਜਾਂ ਧਿਆਨ ਕਾਵਿ ਨਾਟਕ ਨੂੰ ਪੜ੍ਹਨ ਸੁਣਨ ਦੇਖਣ ਤੋਂ ਬਾਅਦ ਪਾਠਕ ਦਰਸ਼ਕ ਜੋ ਅਨੁਭਵ ਕਰਦਾ ਹੈ, ਉਸ ਨੂੰ ਹੀ ਜਿਹੜਾ ਭਰਤਮੁਨੀ ਨੇ ਆਪਣੇ ਨਾਟਿਆ ਸ਼ਾਸਤਰ ਦੇ ਵਿੱਚ ਕਾਵਿਕ ਰਸ ਕਿਹਾ, ਕਾਵਿਕ ਰਸ ਕਿਹਾ ਜੀ ਇਹ ਭਰਤਮੁਨੀ ਨੇ। ਅਗਲੀ ਗੱਲ ਕੀ ਆ ਕਿ ਰਸ ਦਾ ਸੰਬੰਧ ਸਾਡਾ ਮਨ ਦੇ ਨਾਲ, ਕੰਨ ਅੱਖਾਂ ਅਤੇ ਆਵਾਜ਼ ਨਾਲ ਹੁੰਦਾ, ਮਨ ਨਾਲ, ਕੰਨ ਅੱਖਾਂ ਅਤੇ ਆਵਾਜ਼ ਦੇ ਨਾਲ, ਇਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਜੀ। ਹੁਣ ਜਿਹੜੀਆਂ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ, ਪਹਿਲਾਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਲਿਓ। ਸਭ ਤੋਂ ਪਹਿਲਾਂ ਰਸ ਆਪਣੇ ਆਪ ਦੇ ਵਿੱਚ ਅੰਤਰਮੁਖੀ ਹੁੰਦਾ ਹੈ, ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਕਿ ਰਸ ਕੀ ਆ ਆਪਣੇ ਆਪ ਦੇ ਵਿੱਚ ਅੰਤਰਮੁਖੀ ਹੈ, ਕਿਉਂਕਿ ਅਸੀਂ ਹੁਣੀ ਗੱਲ ਕੀਤੀ ਇਹਦਾ ਸੰਬੰਧ ਸਾਡੇ ਮਨ ਦੇ ਨਾਲ ਹੈ। ਅਤੇ ਉਸ ਤੋਂ ਅਗਲੀ ਗੱਲ, ਰਸ ਅਦਭੁਤ ਹੈ, ਅਤੇ ਇਹ ਵੀ ਇਹਦੀਆਂ ਇੱਕ ਵਿਸ਼ੇਸ਼ਤਾਵਾਂ ਦੇ ਵਿੱਚ ਹੈ। ਅਗਲੀ ਗੱਲ, ਰਸ ਦਾ ਸੰਬੰਧ ਸਭ ਪਦਾਰਥਾਂ ਨਾਲ ਨਹੀਂ ਹੁੰਦਾ, ਪਹਿਲਾਂ ਅੰਤਰਮੁਖੀ ਦੀ ਗੱਲ ਕੀਤੀ ਸੀ ਆਪਾਂ, ਉੱਥੋਂ ਵੀ ਕੁਝ ਸਪਸ਼ਟ ਹੋ ਗਿਆ ਹੋਣਾ, ਬਾਕੀ ਜਦੋਂ ਗਿਆ ਕਿ ਅਸੀਂ ਇਹਦੀਆਂ ਕਰਾਂਗੇ ਭੇਦ ਕਰਾਂਗੇ, ਉੱਥੇ ਆ ਕੇ ਪਤਾ ਲੱਗਣਾ ਰਸ ਦੀ ਉਤਪਤੀ ਹੁੰਦੀ ਕਿਵੇਂ ਆ। ਪਹਿਲਾਂ ਤਾਂ ਵਿਸ਼ੇਸ਼ਤਾਵਾਂ ਹੋ ਗਈਆਂ, ਹੋਰ ਕਾਫੀ ਨੇ ਇਹਦੇ ਬਾਰੇ ਪੜ੍ਹਿਆ ਜਾ ਸਕਦਾ। ਰਸ ਦੀ ਉਤਪਤੀ ਹੁੰਦੀ ਕਿਵੇਂ ਅਸਲ ਦੇ ਵਿੱਚ, ਜਿਹੜਾ ਵਿਭਾਵਨਵ ਇਹ ਸ਼ਬਦ ਵੀ ਤੁਸੀਂ ਦਿਮਾਗ ਦੇ ਵਿੱਚ ਯਾਦ ਰੱਖਣਾ। ਰਸ ਦੀ ਉਤਪਤੀ ਬਾਰੇ ਜਿਹੜਾ ਲਿਖਿਆ ਹੋਇਆ ਸਾਨੂੰ ਮਿਲਦਾ ਨਾਟਿ ਸ਼ਾਸਤਰ ਦੇ ਵਿੱਚੋਂ, ਵਿਭਾਵਨਵ ਵਿਆਪਿਚਾਰੀ ਪਿਚਾਰੀ ਪਿਚਾਰੀ ਸ਼ਯੋਂਗਾਦ ਰਸ ਨਿਸਪਤ ਨਿਸਪਤ, ਬੋਲਣ ਦੇ ਵਿੱਚ ਥੋੜ੍ਹੀ ਸਮੱਸਿਆ ਆਉਂਦੀ ਹੈ, ਅਤੇ ਪਰ ਇਹਨੂੰ ਧਿਆਨ ਦੇ ਵਿੱਚ ਸਕਰੀਨ 'ਤੇ ਪੜ੍ਹ ਲਓ, ਤੁਸੀਂ ਇਹ ਸ਼ਬਦਾਂ ਨੂੰ ਧਿਆਨ 'ਚ ਰੱਖਣਾ ਗਾ। ਇਹਦੇ ਵਿੱਚ ਸਾਰਾ ਦੱਸਿਆ ਗਿਆ ਕਿ ਰਸ ਦੀ ਉਤਪਤੀ ਹੁੰਦੀ ਕਿਵੇਂ ਆ, ਵਿਭਾਵ ਅਨੁਭਾਵ ਅਤੇ ਸੰਚਾਰੀ ਭਾਵ, ਤਿੰਨ ਚੀਜ਼ਾਂ ਯਾਦ ਰੱਖਣੀਆਂ ਨੇ, ਵਿਭਾਵ
ਅਨੁਭਾਵ ਅਤੇ ਸੰਚਾਰੀ ਭਾਵ ਦੇ ਮੇਲ ਤੋਂ ਰਸ ਦੀ ਉਤਪਤੀ ਹੁੰਦੀ ਹੈ? ਇਮਤਿਹਾਨ ਦੇ ਵਿੱਚ ਬਹੁਤ ਵਾਰੀ ਇਹ ਸਵਾਲ ਆਇਆ ਹੋਇਆ ਜੀ। ਅਤੇ ਭਰਤ ਮੁਨੀ ਨੇ ਅੱਠ ਰਸ ਮੰਨੇ ਨੇ। ਅੱਜ ਕੱਲ੍ਹ ਜਿਹੜਾ ਕਿਤਾਬਾਂ ਦੇ ਵਿੱਚ ਸਾਨੂੰ ਮਿਲਦਾ ਅਤੇ ਉੱਥੇ ਕਿੰਨੇ ਰਸਾਂ ਦਾ ਜ਼ਿਕਰ ਹੁੰਦਾ, ਇਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਜ਼ਿਕਰ ਕਰਨਾ। ਅਤੇ ਜਿਹੜਾ ਕਰੁਣਾ ਰਸ ਨੂੰ ਰਸ ਰਾਜ ਸਵੀਕਾਰ ਕੀਤਾ ਭਰਤ ਮੁਨੀ ਨੇ, ਕਰੁਣਾ ਰਸ ਨੂੰ, ਰਸ ਕਿਹੜੇ ਕਿਹੜੇ ਹੁੰਦੇ ਉਹ ਵੀ ਆਪਾਂ ਗੱਲ ਕਰਾਂਗੇ। ਅਤੇ ਪਰ ਜਿਹੜਾ ਭਰਤ ਮੁਨੀ ਨੇ ਕਰੁਣਾ ਰਸ ਨੂੰ ਰਸ ਰਾਜ ਮੰਨਿਆ, ਆਧੁਨਿਕ ਸਮੇਂ ਦੇ ਵਿੱਚ ਕਿਹੜੇ ਰਸ ਨੂੰ ਰਸ ਰਾਜ ਮੰਨਿਆ ਗਿਆ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਜ਼ਰੂਰ। ਇਹ ਭਰਤ ਮੁਨੀ ਦਾ ਮੰਨਣਾ, ਠੀਕ ਹੈ ਨਾ ਜੀ। ਅਗਲੀ ਗੱਲ ਕਰਦੇ ਹੁਣ ਆਪਾਂ ਰਸ ਦੇ ਨਾਲ ਸੰਬੰਧਿਤ ਭਾਵ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਇਹਨਾਂ ਦੇ ਵਿੱਚੋਂ ਸਥਾਈ ਭਾਵ। ਸਥਾਈ ਭਾਵ ਕੀ ਆ? ਮਨੁੱਖ ਦੇ ਮਨ ਦੇ ਵਿੱਚ ਜਿਹੜੀਆਂ ਵਾਸ਼ਨਾ ਦੀ ਫਿਤਰਤ ਨੂੰ ਸਥਾਈ ਭਾਵ ਕਿਹਾ ਜਾਂਦਾ, ਜੋ ਉਹਦੇ ਮਨ ਦੇ ਵਿੱਚ ਹੈ। ਰਸ ਸਿਧਾਂਤ ਦੇ ਅਨੁਸਾਰ ਉਹ ਭਾਵ ਹੀ ਸਥਾਈ ਭਾਵ ਹਨ ਜੋ ਚੰਗੇ ਅਤੇ ਮਾਨਵਤਾ ਲਈ ਉਪਯੋਗੀ ਨੇ। ਉਹਨਾਂ ਨੂੰ ਹੀ ਅਸਲ ਦੇ ਵਿੱਚ ਰਸ ਸਿਧਾਂਤ ਦੇ ਅਨੁਸਾਰ ਸਥਾਈ ਭਾਵ ਕਿਹਾ ਗਿਆ, ਜੋ ਚੰਗੇ ਅਤੇ ਮਾਨਵਤਾ ਲਈ ਉਪਯੋਗੀ ਹੋਣ। ਅਨੁਭਾਵ ਕੀ ਹੈ? ਪਿਆਰ ਆਦਿ ਭਾਵਾਂ ਨੂੰ ਮਹਿਸੂਸ ਕਰਨ ਵਾਲੇ। ਸਥਾਈ ਭਾਵ ਕੀ ਹੈ? ਜੋ ਮਨੁੱਖ ਦੇ ਅੰਦਰ ਪੈਦਾ ਹੋਈ ਉਹਦੀ ਫਿਤਰਤ ਆ। ਅਤੇ ਅਨੁਭਵ ਕੀ ਆ? ਅਨੁਭਵ ਪਿਆਰ ਆਦਿ ਭਾਵਾਂ ਨੂੰ ਮਹਿਸੂਸ ਕਰਨਾ, ਮਹਿਸੂਸ ਕਰਨ ਵਾਲੇ ਹੁੰਦੇ ਜਿਹੜੇ ਉਹ ਹੁੰਦੇ ਨੇ ਜੀ ਅਨੁਭਵ। ਆਚਾਰੀਆ ਭਰਤ ਮੁਨੀ ਅਨੁਸਾਰ ਪਿਆਰ ਅਤੇ ਵਾਰਤਾਲਾਪ, ਦੋ ਗੱਲਾਂ ਨੂੰ ਧਿਆਨ 'ਚ ਰੱਖਣਾ, ਪਿਆਰ ਅਤੇ ਵਾਰਤਾਲਾਪ ਅਤੇ ਅਭਿਨੈ ਵਿੱਚ ਸੰਯੁਕਤ ਅਰਥ ਨੂੰ ਪੇਸ਼ ਕਰਦੇ ਹਨ ਜਿਹੜੇ ਅਨੁਭਵ ਨੇ। ਅਨੁਭਵ ਕੀ ਕਰਦੇ ਨੇ? ਭਰਤ ਮੁਨੀ ਦੇ ਅਨੁਸਾਰ ਪਿਆਰ ਅਤੇ ਵਾਰਤਾਲਾਪ ਅਤੇ ਅਭਿਨੈ ਵਿੱਚ ਸੰਯੁਕਤ ਅਰਥ ਪੇਸ਼ ਕਰਦੇ ਨੇ। ਇਹ ਗੱਲ ਨੂੰ ਵੀ ਧਿਆਨ 'ਚ ਰੱਖਿਓ। ਸੰਚਾਰੀ ਭਾਵ ਕੀ ਹੁੰਦਾ? ਸੰਚਾਰੀ ਭਾਵ ਆਪਣੇ ਆਪ ਦੇਖੋ, ਜੋ ਭਾਵ ਸਥਾਈ ਭਾਵਾਂ ਨੂੰ ਜਗਾਉਣ, ਸਥਾਈ ਭਾਵ ਜਿਹੜੇ ਸਾਡੇ ਮਨੁੱਖ ਦੇ ਮਨ ਦੇ ਵਿੱਚ ਨੇ, ਵਾਸਨਾ ਦੀ ਫਿਤਰਤ ਹੈ ਮਨੁੱਖ ਦੀ, ਉਹਨਾਂ ਨੂੰ ਜਗਾਉਣਾ, ਜਗਾਉਣ ਦੇ ਲਈ ਜਿਹੜੇ ਸਹਾਇਕ ਹੁੰਦੇ ਨੇ ਉਹਨਾਂ ਨੂੰ ਆਪਾਂ ਸੰਚਾਰੀ ਭਾਵ ਕਹਿੰਦੇ ਹਾਂ। ਅਤੇ ਸੰਸਕ੍ਰਿਤ ਭਾਸ਼ਾ ਦੇ ਆਚਾਰੀਆਂ ਨੇ ਇਹਨਾਂ ਭਾਵਾਂ ਦੀ ਗਿਣਤੀ 33 ਦੱਸੀ ਹੈ, ਜਿਹੜਾ ਸਾਡੇ ਕੋਲ ਜ਼ਿਕਰ ਮਿਲਦਾ, ਜਿਹੜਾ ਪੁਰਾਣੇ ਆਪਾਂ ਕਹਿ ਦਿੰਦੇ ਗ੍ਰੰਥ ਦੇ ਵਿੱਚ ਸਾਹਮਣੇ ਦਰਜ ਕੀਤਾ ਹੋਇਆ ਜੀ। ਅਤੇ ਮਨੁੱਖੀ ਮਨ ਦੇ ਸੰਚਾਰੀ ਭਾਵ ਕਿਹੜੇ ਕਿਹੜੇ ਨੇ ਆਪਾਂ ਹੁਣ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਲਓ, ਇੱਥੋਂ ਹੋਰ ਵੀ ਸਪਸ਼ਟ ਹੋ ਜਾਊ। ਚਿੰਤਾ, ਸਿਕਵਾ, ਗਿਲਾਨੀ, ਸੰਕਾ, ਨੀਂਦ, ਸ਼ਰਮ, ਹਯਾ, ਗੁੱਸਾ, ਯੋਸ, ਆਲਸ, ਅਫਸੋਸ, ਦੁੱਖ, ਬੇਚੈਨੀ, ਈਰਖਾ, ਖੁਸ਼ੀ, ਹੈਰਾਨੀ, ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਨਾ, ਇਹ ਜਿਹੜੇ ਸੰਚਾਰੀ ਭਾਵ ਨੇ, ਇਹਨਾਂ ਸੰਚਾਰੀ ਭਾਵਾਂ ਦੇ ਨਾਲ ਹੀ ਸਾਡੇ ਮਨ 'ਚ ਕਿਸੇ ਲਈ ਪਿਆਰ, ਕਿਸੇ ਲਈ ਨਫ਼ਰਤ, ਕਿਸੇ ਲਈ ਮਤਲਬ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਸਥਾਈ ਭਾਵ ਨੇ ਉਹ ਜਗਾਉਂਦੇ ਨੇ ਇਹ ਜਿਹੜੇ ਸੰਚਾਰੀ ਭਾਵ ਨੇ। ਇਸ ਤਰੀਕੇ ਨਾਲ ਤੁਸੀਂ ਇਹਨੂੰ ਦਿਮਾਗ 'ਚ ਰੱਖਣਾ। ਬੜੀ ਸੰਖੇਪ ਜਿਹੇ ਦੇ ਵਿੱਚ ਆਪਾਂ ਗੱਲ ਕੀਤੀ ਹੈ, ਕਿਉਂਕਿ ਇਮਤਿਹਾਨ ਜਿਵੇਂ ਜਿਵੇਂ ਨੇੜੇ ਆ ਰਿਹਾ ਅਤੇ ਤਿਆਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਅਤੇ ਤੁਸੀਂ ਕੋਸ਼ਿਸ਼ ਕਰਦੇ ਰਹਿਣਾ ਵੱਧ ਤੋਂ ਵੱਧ ਕਿਤਾਬਾਂ ਤੋਂ ਤਿਆਰੀ ਕਰਨੀ ਆ। ਅਤੇ ਆਪਾਂ ਸੰਖੇਪ ਦੇ ਵਿੱਚ, ਕਿਉਂਕਿ ਸਮੇਂ ਦੀ ਸਭ ਦੇ ਕੋਲ ਸਮੱਸਿਆ, ਜੇ ਅਸੀਂ ਕੋਸ਼ਿਸ਼ ਕਰਦੇ ਹਾਂ ਫਿਰ ਵੀ ਸਮੇਂ 'ਚੋਂ ਸਮਾਂ ਕੱਢ ਕੇ, ਅਤੇ ਜਿਹੜਾ ਅਸੀਂ ਸਮਾਂ ਕੱਢਦੇ ਉਹਦੀ ਕੋਸ਼ਿਸ਼ ਕਰਿਆ ਕਰੋ, ਕਦਰ ਕਰਿਆ ਕਰੋ। ਸਿਰਫ ਅਤੇ ਸਿਰਫ ਇੰਨਾ ਕੁ ਜ਼ਰੂਰ ਦੱਸ ਦਿਆ ਕਰੋ ਲਾਈਕ ਜਾਂ ਕਮੈਂਟ ਕਰਕੇ ਕਿ ਤੁਹਾਨੂੰ ਉਹ ਚੀਜ਼ ਸਮਝ ਆਈ ਆ ਜਾਂ ਤੁਹਾਡੇ ਲਈ। ਜੇ ਸਾਡੀ ਵੀਡੀਓ ਦੇ ਵਿੱਚੋਂ 1-20 ਸ਼ਬਦ ਤੁਹਾਡੇ ਲਈ ਉਪਯੋਗੀ ਸਾਬਤ ਹੋਇਆ ਤਾਂ ਜ਼ਰੂਰ ਕਮੈਂਟ ਅਤੇ ਲਾਈਕ ਕਰਕੇ ਦੱਸਿਆ ਕਰੋ। ਬੜੀ ਜਲਦੀ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਲਈ। ਦੁਬਾਰਾ ਤੋਂ ਹੱਸਦੇ ਵੱਜਦੇ ਰਹੋ, ਖੁਸ਼ ਰਹੋ, ਜਿਉਂਦੇ ਵੱਜਦੇ ਰਹੋ। ਰੱਬ ਰੱਖਾ।